بله ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਅਤੇ ਮੈਂ ਹਰਸ਼ਪਾਲ ਸਿੰਘ। ਅਕਸਰ ਸੁਣਿਆ ਸਭ ਨੇ ਕਿ ਉਸ ਪਰਮਾਤਮਾ ਦੀ ਲਾਠੀ ਜਿਹੜੀ ਹੈ ਵੀ ਆਵਾਜ਼ ਹੁੰਦੀ ਹੈ, ਅਤੇ ਜਦ ਉਹ ਵੱਜਦੀ ਹੈ ਤਾਂ ਸਭ ਨੂੰ ਕੀ ਪੂਰੇ ਵਿਸ਼ਵ 'ਚ ਪਤਾ ਲੱਗ ਜਾਂਦਾ ਹੈ ਕਿ ਉਹਦੀ ਅਸਰ, ਉਹਦਾ ਦਰਦ, ਉਹਦੀ ਤਕਲੀਫ ਜਿਹੜੀ ਹੈ ਕਿੰਨਾ ਲੰਬਾ ਸਮਾਂ ਰਹਿੰਦੀ ਹੈ। ਇਹ ਕਹਾਵਤ ਬਿਲਕੁਲ ਸੱਚ ਹੋਈ ਹੈ। ਸੰਨ 2015 ਦੇ ਵਿੱਚ ਇੱਕ ਬਲਾਤਕਾਰੀ ਝੂਠੇ ਸਾਧ ਨੂੰ ਬਚਾਉਣ ਦੀ ਖਾਤਰ ਕੁਛ ਮੂਰਖ ਲੋਕਾਂ ਨੇ ਵੋਟਾਂ ਦੀ ਖਾਤਰ, ਰਾਜਸੀ ਭੁੱਖ ਦੀ ਖਾਤਰ, ਕੁਰਸੀ ਦੀ ਖਾਤਰ ਗੁਰੂ ਦੇ ਨਾਲ ਮੱਥਾ ਲਾ ਲਿਆ, ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਮੱਥਾ ਲਾ ਲਿਆ। ਉਹਨਾਂ ਦਾ ਹਸ਼ਰ ਕੀ ਹੋਇਆ? ਨਾ ਤਾਂ ਉਹਨਾਂ ਨੂੰ ਸਰਕਾਰ ਮਿਲੀ, ਨਾ ਕੁਰਸੀ ਮਿਲੀ, ਨਾ ਘਰ ਦੇ ਰਹੇ, ਨਾ ਘਾਟ ਦੇ। ਇਸੇ ਤਰ੍ਹਾਂ ਉਹਨਾਂ ਦਾ ਸਾਥ ਦੇਣ ਵਾਲੇ ਕੁਛ ਸਰਕਾਰੀ ਅਹੁਦਿਆਂ 'ਤੇ ਬਿਰਾਜਮਾਨ ਕੁਛ ਲੋਕ ਸੀ ਜਿਹੜੇ, ਜਿਨ੍ਹਾਂ ਨੇ ਉਸ ਮੌਕੇ ਸਮੇਂ ਦੀ ਹਕੂਮਤ ਦੀ ਉਸ ਕੁਰਸੀ ਦੀ ਦੁਰਵਰਤੋਂ ਕਰਦਿਆਂ ਹੋਇਆਂ ਉਹਨਾਂ ਦਾ ਦਿਲ ਖੋਲ੍ਹ ਕੇ ਸਾਥ ਦਿੱਤਾ। ਮਾਸੂਮ ਜੋ ਲੋਕ ਸੀਗੇ, ਸ਼ਾਂਤਮਈ ਪ੍ਰਦਰਸ਼ਨਕਾਰੀ ਕਰ ਰਹੇ ਲੋਕ, ਸੰਗਤ ਸੀ ਜਿਹੜੀ, ਉਹਦੇ 'ਤੇ ਗੋਲੀਆਂ ਦੀ ਬਰਸਾਤ ਕਰ ਦਿੱਤੀ, ਜਿਹਦੇ ਵਿੱਚ 2 ਸਿੰਘ ਸ਼ਹੀਦ ਹੋ ਗਏ। ਉਸ ਤੋਂ ਇਲਾਵਾ ਪਤਾ ਨਹੀਂ ਕਿੰਨੇ ਹਜ਼ਾਰਾਂ ਹੀ ਐਸੇ ਸਿੰਘ ਸੀਗੇ ਜਿਨ੍ਹਾਂ ਦੇ ਉੱਪਰ ਬਲਾਤਕਾਰੀ ਬਾਬਾ ਜਿਹੜਾ ਉਹਦੇ ਇਸ਼ਾਰੇ 'ਤੇ ਮਾਮਲੇ ਦਰਜ ਹੋ ਗਏ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਜੇਲ੍ਹਾਂ 'ਚ ਉਹਨਾਂ ਨੂੰ ਧੱਕ ਦਿੱਤਾ ਗਿਆ। ਸਮਾਂ ਜ਼ਰੂਰ ਲੱਗਾ, ਲੇਕਿਨ ਹੁਣ ਸਮੇਂ ਦੀ ਹਕੀਕਤ, ਉਸ ਸਮੇਂ ਕੀ ਵਾਪਰਿਆ, ਉਹਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਨੇ। ਯਾਨੀ ਕਹੀਏ ਤਾਂ ਇਹ ਜੋ ਖਿੱਦੋ ਸੀ, ਇਹ ਲੀਰੋ ਲੀਰ ਹੋਣਾ ਸ਼ੁਰੂ ਹੋ ਚੁੱਕਾ ਹੈ। SIT ਸਥਾਪਿਤ ਹੋਈ ਹੈ, SIT ਆਪਣਾ ਕੰਮ ਬਾਖੂਬੀ ਕਰ ਰਹੀ ਹੈ। ਕੈਪਟਨ ਸਰਕਾਰ ਵੱਲੋਂ ਬਣਾਈ ਗਈ ਇਸ SIT ਨੇ ਕਈ ਲੋਕਾਂ ਨੂੰ ਬੇਨਕਾਬ ਕਰ ਦਿੱਤਾ ਹੈ। ਉਸ ਸਮੇਂ ਫਰੀਦਕੋਟ ਦਾ SSP ਚਰਨਜੀਤ ਸ਼ਰਮਾ, ਜਿਸ ਦੀ ਅਗਵਾਈ ਦੇ ਵਿੱਚ ਇਹ ਸਾਰਾ ਮਾਮਲਾ ਵਾਕਿਆ ਵਾਪਰਿਆ ਸੀ ਪਿਛਲੇ ਦਿਨੀ, ਉਹਨੂੰ ਉਹਦੇ ਘਰੋਂ ਗ੍ਰਿਫਤਾਰ ਕਰਦੀ SIT, ਔਰ ਉਸ ਤੋਂ ਬਾਅਦ ਉਸਦੇ ਨਾਲ ਜਿਹੜੇ SP ਵਿਕਰਮਜੀਤ ਸਿੰਘ ਨੇ, SHO ਅਮਰਜੀਤ ਸਿੰਘ ਕੁਲਾਰ ਹੈ, ਅਤੇ ASI ਪ੍ਰਦੀਪ ਸਿੰਘ, ਇਹਨਾਂ ਦਾ ਨਾਮ ਵੀ ਜਿਹੜਾ ਉਹਦੇ ਵਿੱਚ ਸ਼ਾਮਲ ਹੈ। ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਜਦੋਂ SSP ਜਿਹੜਾ SIT ਨੇ ਚੁੱਕ ਲਿਆ ਅਤੇ ਹੁਣ ਇਹਨਾਂ ਦੀ ਵਾਰੀ ਹੈ, ਤਾਂ ਉਹਨਾਂ ਨੇ ਆਪਣੀ ਜਾਨ ਬਚਾਉਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ, ਔਰ ਆਪਣੀ ਜਾਨ ਬਚਾਉਣ ਲਈ ਅਦਾਲਤ ਦਾ ਸਹਾਰਾ ਲਿਆ। ਲੇਕਿਨ ਅਦਾਲਤ ਦੇ ਵਿੱਚ ਵੀ ਦੇਖੋ, ਉਸ ਪਰਮਾਤਮਾ ਦੀ ਕਹਿੰਦੇ ਨੇ ਕਿ ਲਾਠੀ ਬੇ ਆਵਾਜ਼ ਹੁੰਦੀ, ਫਿਰ ਮੈਂ ਉਹੀ ਗੱਲ ਕਰ ਰਿਹਾ ਕਿ ਅੱਜ ਉਹ ਫਰੀਦਕੋਟ ਦੀ ਅਦਾਲਤ ਆਪਣੀ ਜਾਨ ਬਖਸ਼ਾਉਣ ਲਈ ਜਾਂਦੇ ਨੇ ਕਿ ਉਹਨਾਂ ਦੀ ਸ਼ਾਇਦ ਉਹਨਾਂ ਨੂੰ ਕੋਈ ਕਾਨੂੰਨੀ ਸਹਾਇਤਾ ਮਿਲ ਜਾਏ, ਲੇਕਿਨ ਉੱਥੇ ਵਕੀਲਾਂ ਦੀ ਹੜਤਾਲ ਹੋ ਜਾਂਦੀ ਹੈ। ਲੇਕਿਨ ਉਹਦੇ ਨਾਲ ਹੀ ਭਾਈ ਸੁਖਰਾਜ ਸਿੰਘ ਜੀ, ਜਿਨ੍ਹਾਂ ਦੇ ਪਿਤਾ ਜੀ ਨੇ ਇਸ ਪੂਰੇ ਧਰਮ ਯੁੱਧ ਦੇ ਵਿੱਚ ਉਹਨਾਂ ਦੀ ਸ਼ਹਾਦਤ ਵੀ ਹੋਈ ਸੀ, ਭਾਈ ਸੁਖਰਾਜ ਸਿੰਘ ਜੀ ਨੇ ਉਹਨਾਂ ਦੀ ਉਸ ਅਰਜ਼ੀ ਦੇ ਖਿਲਾਫ ਜੋ ਉਹਨਾਂ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਫਰੀਦਕੋਟ ਜਿਹੜੀ ਅਦਾਲਤ ਉਹਦੇ 'ਚ ਦੇਣੀ ਸੀ, ਉਸ ਅਰਜ਼ੀ ਦੇ ਖਿਲਾਫ ਆਪਣਾ ਵਕੀਲ ਨਾਲ ਲੈ ਕੇ ਪੇਸ਼ ਹੋਏ, ਕਾਰਨ ਕਿ ਇਹ ਅਰਜ਼ੀ ਖਾਰਜ ਹੋ ਜਾਵੇ ਔਰ ਇਹਨਾਂ ਨੂੰ ਕੀਤਿਆਂ ਦੀ ਗੁਨਾਹਾਂ ਦੀ ਸਜ਼ਾ ਜਿਹੜੀ ਹੈ ਉਹ ਮਿਲ ਜਾਵੇ। ਔਰ ਉੱਥੇ ਵਕੀਲਾਂ ਦੀ ਹੜਤਾਲ ਹੋਣ ਕਾਰਨ ਨਾ ਤਾਂ ਉਹਦੀ ਅਰਜ਼ੀ ਐਕਸੈਪਟ ਹੋਈ, ਪਰ ਉਹਦੇ ਨਾ ਹੀ ਕੋਈ ਸੁਣਵਾਈ ਹੋ ਸਕੀ, ਔਰ ਉਹਦੇ ਤੋਂ ਉਲਟ 1 ਫਰਵਰੀ ਦੀ ਜਿਹੜੀ ਤਰੀਕ ਹੈ ਉਹ ਪੈ ਗਈ ਹੈ। ਸਾਡੇ ਨਾਲ ਨੇ ਭਾਈ ਸੁਖਰਾਜ ਸਿੰਘ ਜੀ, ਜਿਨ੍ਹਾਂ ਦਾ ਅਕਾਲ ਚੈਨਲ 'ਤੇ ਸਵਾਗਤ ਕਰਦੇ ਹੋਏ ਅੱਜ ਦੀ ਜੋ ਕੋਰਟ ਕੰਪਲੈਕਸ ਦੀ ਜੋ ਕਾਰਵਾਈ ਸੀ, ਜੋ ਅਦਾਲਤੀ ਕਾਰਵਾਈ ਸੀ, ਉਹ ਕੀ ਸੀ, ਉਹਦੇ ਬਾਰੇ ਅਸੀਂ ਇਹਨਾਂ ਕੋਲ ਪੂਰੀ ਜਾਣਕਾਰੀ ਲੈਣੀ। ਸਭ ਤੋਂ ਪਹਿਲਾਂ ਅਕਾਲ ਚੈਨਲ 'ਤੇ ਸਵਾਗਤ ਕਰਦੇ ਹਾਂ ਆਪ ਜੀ ਦੇ, ਗੁਰਫਤਿਹ ਦੀ ਸਾਂਝ ਪਾਉਂਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸੁਖਰਾਜ ਸਿੰਘ ਜੀ, ਅੱਜ ਉੱਥੇ ਅਦਾਲਤ ਦੇ ਵਿੱਚ ਕੀ ਵਾਪਰਿਆ? ਜੀ ਅੱਜ ਦਾ ਦਿਨ ਜਿਹੜਾ ਵਿਕਰਮਜੀਤ ਅਤੇ ਪ੍ਰਦੀਪ ਅਤੇ ਚਰਨਜੀਤ ਸ਼ਰਮੇ ਦੀ ਜਿਹੜੀ SSP ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਅਤੇ ਅਮਰਜੀਤ ਕਲਾਰ, ਇਹ ਜਿਹੜੇ 4 ਆਫੀਸਰ ਸੀਗੇ, ਉਹਨਾਂ ਨੇ ਆਪਣੀ ਇੱਕ ਬੇਲ ਪਟੀਸ਼ਨ ਪਾਈ ਹੋਈ ਸੀਗੀ ਪਰਸੋਂ ਅਦਾਲਤ ਦੇ ਵਿੱਚ, ਜਿਹੜੀ ਅੱਜ ਲੱਗੀ ਸੀ, ਅੱਜ ਉਹਦੀ ਤਰੀਕ ਸੀ, ਅਤੇ ਮੇਰੇ ਵੱਲੋਂ ਵੀ ਆਪਣਾ ਐਡਵੋਕੇਟ ਉੱਥੇ ਖੜ੍ਹਾ ਕੀਤਾ ਗਿਆ ਉਹਨਾਂ ਦੀ ਬੇਲ ਖਾਰਜ ਕਰਵਾਉਣ ਲਈ ਕਿ ਉਹਨਾਂ ਨੂੰ ਜ਼ਮਾਨਤ ਨਾ ਮਿਲੇ। ਪਰ ਅੱਜ ਵਕੀਲਾਂ ਦੀ ਹੜਤਾਲ ਹੋਣ ਦੇ ਕਾਰਨ, ਸੋ ਸਾਨੂੰ 1 ਫਰਵਰੀ ਦੀ ਤਰੀਕ ਮਿਲੀ ਹੈ, 1 ਫਰਵਰੀ ਨੂੰ ਉੱਥੇ ਮੇਰੇ ਐਡਵੋਕੇਟ ਵੀ ਬਹਿਸ ਕਰਨਗੇ, ਅਤੇ ਉਹਨਾਂ ਦੇ ਵੀ ਉਹਨਾਂ ਨੇ ਆਪਣੀ ਜਾਨ ਬਚਾਉਣ ਲਈ ਆਪ ਉੱਥੇ ਹਾਜ਼ਰ ਨਹੀਂ ਹੁੰਦੇ, ਉਹ ਹਾਜ਼ਰ ਨਾ ਹੋਣ ਦੇ ਕਾਰਨ ਉਹਨਾਂ ਨੇ ਆਪਣੇ ਵਕੀਲ ਖੜ੍ਹੇ ਕੀਤੇ ਆ। ਸੋ ਉਹਨਾਂ ਨੂੰ ਇੰਨਾ ਪਤਾ ਲੱਗ ਗਿਆ ਕਿ ਉਹਨਾਂ ਨੇ ਗੁਨਾਹ ਕੀਤਾ, ਗੁਨਾਹਾਂ ਦੀ ਸਜ਼ਾ ਨੂੰ ਜਿਹੜੀ ਉਹ ਆ ਮਾਫ਼ ਕਰਵਾਉਣ ਲਈ, ਇੱਥੋਂ ਮਾਫ਼ ਕਰਵਾ ਸਕਦੇ ਆ ਪਰ ਉਸ ਅਕਾਲ ਪੁਰਖ ਦੀ ਦਰਗਾਹ ਦੇ ਵਿੱਚੋਂ ਕਦੇ ਮਾਫ਼ ਨਹੀਂ ਕਰਵਾ ਸਕਣਗੇ। ਵਾਹਿਗੁਰੂ ਸੱਚਾ ਸੁੱਚਾ ਪਰਮਾਤਮਾ, ਉਹ ਉਹਨਾਂ ਦੀ ਇੱਥੋਂ ਵੀ ਅਦਾਲਤ ਦੀ ਜਿਹੜੀ ਅਰਜ਼ੀ ਆ ਉਹ ਖਾਰਜ ਹੋਊਗੀ, ਇੱਥੋਂ ਵੀ ਉਹ ਬੇਲ ਨਹੀਂ ਲੈ ਸਕਣਗੇ।
ਸੋ ਅੱਜ ਦੀ ਜਿਹੜੀ ਕਾਰਵਾਈ ਸੀ ਉਹ ਕੁਛ ਨਹੀਂ ਹੋਈ, ਕੋਈ ਬਹਿਸ ਨਹੀਂ ਹੋਈ, ਜਸਟ ਇੱਕ ਤਰੀਕ ਦੇ ਦਿੱਤੀ ਜੱਜ ਨੇ, 1 ਫਰਵਰੀ ਦੀ ਬਹਿਸ 1 ਫਰਵਰੀ ਨੂੰ ਹੋਊਗੀ ਜੀ। ਭਾਈ ਸੁਖਰਾਜ ਜੀ, ਬੇਸ਼ੱਕ ਉੱਥੇ ਜਿਹੜੀ ਕਾਰਵਾਈ ਹੈ ਉਹ 1 ਫਰਵਰੀ ਨੂੰ ਹੋਣੀ ਹੈ, ਅੱਜ ਆਪ ਜੀ ਪੇਸ਼ ਹੁੰਦੇ ਹੋ, ਆਪਣਾ ਵਕੀਲ ਲੈ ਕੇ ਨਾਲ ਪੇਸ਼ ਹੋਏ ਹੋ, ਇਸ ਵਕੀਲ ਨੂੰ ਨਾਲ ਖੜਨ ਦਾ ਮਕਸਦ ਕੀ ਸੀ, ਤਿਆਰੀ ਕੈਸੀ ਕੀਤੀ ਹੋਈ ਸੀ ਤੁਸੀਂ? ਜੀ ਮੈਨੂੰ ਪਤਾ ਲੱਗਿਆ ਸੀ ਕੱਲ੍ਹ ਉਹਨਾਂ ਨੇ ਆਪਣੀ ਬੇਲ ਅਰਜ਼ੀ ਲਾਈ ਹੋਈ ਆ, ਸੂਤਰਾਂ ਤੋਂ ਹੀ ਪਤਾ ਲੱਗਿਆ, ਫੋਨ ਆਇਆ, ਪਤਾ ਲੱਗ ਗਿਆ ਬਈ ਉਹਨਾਂ ਨੇ ਬੇਲ ਅਰਜ਼ੀ ਲਾਈ ਹੈ, ਤੁਹਾਡਾ ਕੀ ਅੱਗੇ ਸਟੈਪ ਆ? ਮੈਂ ਕਿਹਾ ਮੈਂ ਇਹਨਾਂ ਦੀ ਬੇਲ ਨਹੀਂ ਹੋਣ ਦੇਣੀ ਚਾਹੁੰਦਾ, ਮੈਂ ਆਪਣਾ ਵਕੀਲ ਖੜਾ ਕਰਨਾ ਚਾਹੁੰਦਾ, ਮੈਂ ਆਪਣੇ ਨਾਲ ਮਿੱਤਰਾਂ ਨਾਲ ਸੱਜਣਾਂ ਨਾਲ ਸਲਾਹ ਕੀਤੀ ਜਿਨ੍ਹਾਂ ਨੂੰ ਪਤਾ ਸੀ ਵੀ ਜਿਹੜੇ ਚੰਗੇ ਵਕੀਲ ਆ ਜਾਂ ਮੇਰੇ ਲਈ ਖੜਦੇ, ਮੈਨੂੰ ਉਹ ਵਕੀਲ ਚਾਹੀਦਾ ਜਿਹੜਾ ਵਿਕ ਨਾ ਸਕੇ। ਖੜਨ ਤਾਂ ਸਾਰੇ ਖੜ ਜਾਣਗੇ, ਪੈਸੇ ਲਈ ਸਾਰੇ ਖੜ ਜਾਂਦੇ ਆ, ਪਰ ਜਿਹੜੇ ਵਿਕ ਜਾਂਦੇ ਆ ਉਹਨਾਂ ਦਾ ਕੋਈ ਸਟੈਂਡ ਨਹੀਂ ਆ। ਸੋ ਮੈਂ ਆਪਣੇ ਵਕੀਲ ਨੂੰ ਸਟੈਂਡ ਦੇ ਪ੍ਰਤੀ ਜਿਹੜਾ ਉੱਥੇ ਜਾ ਖੜਵਾਇਆ, ਅਤੇ ਮੇਰਾ ਮਕਸਦ ਇੱਕੋ ਇੱਕ ਆ ਵੀ ਜਿਹੜਾ ਇਹਨਾਂ ਨੇ ਸਾਡੇ ਗੁਰੂ ਦੇ ਨਾਲ ਬੇਅਦਬੀ ਜਿਨ੍ਹਾਂ ਨੇ ਕੀਤੀ, ਉਹਨਾਂ ਨੂੰ ਫੜਨ ਦੀ ਥਾਂ 'ਤੇ ਬੇਕਸੂਰ ਸਿੱਖ ਨੌਜਵਾਨਾਂ 'ਤੇ ਗੋਲੀਆਂ ਚਲਾਈਆਂ, ਸਿੱਖ ਨੌਜਵਾਨ ਉੱਥੇ ਜ਼ਖਮੀ ਕੀਤੇ, ਮੇਰੇ ਫਾਦਰ ਸਾਹਿਬ ਵੀਰ ਗੁਰਜੀਤ ਸਿੰਘ ਸਰਾਵਾਂ ਨੂੰ ਉੱਥੇ ਸ਼ਹੀਦ ਕੀਤਾ ਗਿਆ, ਇਹਨਾਂ ਦਾ ਕੀ ਕਸੂਰ ਸੀ? ਇੱਕ ਆਪਣੇ ਗੁਰੂ ਪ੍ਰਤੀ ਰੋਸ ਕਰਦੇ ਸੀ, ਉਹਨਾਂ ਨੂੰ ਰੋਸ ਕਰਦੇ ਨੂੰ ਉੱਥੇ ਇਹਨਾਂ ਨੇ ਸ਼ਹੀਦ ਕਰ ਦਿੱਤਾ। ਸੋ ਇਹਨਾਂ ਨੂੰ ਇਹਦੇ ਪਾਪਾਂ ਦੀ ਸਜ਼ਾ ਦਿਵਾਉਣ ਲਈ ਮੈਂ ਇਹਨਾਂ ਦੀ ਜਿਹੜੀ ਬੇਲ ਖਾਰਜ ਕਰਾਉਣ ਲਈ ਆਪਣਾ ਵਕੀਲ ਉੱਥੇ ਖੜਾ ਕੀਤਾ। ਇਸੇ ਤਰ੍ਹਾਂ ਜਦੋਂ ਇਹਨਾਂ ਨੇ ਹਾਈਕੋਰਟ ਦੇ ਵਿੱਚ ਲਾਇਆ ਸੀ, ਅਤੇ ਹਾਈਕੋਰਟ 'ਚ ਵੀ ਮੈਂ ਇਹਨਾਂ ਨੂੰ ਇਹਨਾਂ ਦੀ ਅਰਜ਼ੀ ਤੋਂ ਪਹਿਲਾਂ ਹਾਈਕੋਰਟ 'ਚ ਮੈਂ ਆਪਣਾ ਕੇਸ ਲਾ ਚੁੱਕਿਆ ਸੀ, ਪਰ ਇਹਨਾਂ ਨੇ ਉੱਥੇ ਵੀ ਬੇਲ ਲਈ ਸੀ, ਸਟੇਅ ਲੈ ਲਿਆ ਸੀ ਹਾਈਕੋਰਟ ਤੋਂ, ਸਟੇਅ ਹੁਣ ਵਕੇਟ ਹੋ ਗਿਆ। ਸਟੇਅ ਹੋਣ ਤੋਂ ਬਾਅਦ 'ਚ ਜਿਹੜੇ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਹੋਈ ਆ, ਉੱਥੇ ਇਹਨਾਂ ਨੂੰ ਡਰ ਪੈ ਗਿਆ ਵੀ ਇਹਨਾਂ ਦੀ ਵੀ ਗ੍ਰਿਫਤਾਰੀ ਹੋਊਗੀ। ਸੋ ਚੋਰ ਦੀ ਦਾੜੀ 'ਚ ਤਣਕੇ ਵਾਲੀ ਗੱਲ ਹੋ ਚੁੱਕੀ ਆ, ਇਹ ਭੱਜਦੇ ਆ ਅਤੇ ਆਪਾਂ ਇਹਨਾਂ ਨੂੰ ਭੱਜਣ ਨਹੀਂ ਦੇਣਾ, ਇਹ ਜੱਗੇ ਆ ਅਤੇ ਆਪਾਂ ਇਹਨਾਂ ਦੇ ਪਿੱਛੇ ਹਾਂ। ਸੋ 1 ਤਰੀਕ ਨੂੰ ਵਾਹਿਗੁਰੂ ਸਮੱਤ ਬਖਸ਼ਣ, ਮਿਹਰ ਭਰਿਆ ਹੱਥ ਰੱਖਣ ਦੇ ਇਹਨਾਂ ਦੇ ਅੱਗੇ ਖੜ ਜਾਗੇ। ਸ਼ਾਇਦ ਉਸ ਤੋਂ ਪਹਿਲੇ SIT ਜਿਹੜੀ ਹੈ ਇਹਨਾਂ ਦੀ ਅਰੈਸਟ ਪਾ ਵੀ ਸਕਦੀ ਹੈ, ਐਸੇ ਸੂਤਰ ਦੱਸ ਰਹੇ ਨੇ, ਕਿਉਂਕਿ ਉਹਨਾਂ ਨੇ ਆਪਣੀ ਜਾਨ ਬਚਾਉਣ ਵਾਸਤੇ ਜਿਹੜਾ ਸੀ ਅਦਾਲਤ ਦਾ ਸਹਾਰਾ ਲਿਆ ਸੀ, ਕਿਉਂਕਿ ਇਹ ਕਾਨੂੰਨ ਦੇ ਮਾਹਰ ਖਿਲਾੜੀ ਨੇ, ਇਹ ਜਾਣਦੇ ਨੇ ਕਾਨੂੰਨੀ ਦਾਅ ਪੇਚ, ਔਰ ਉਸ ਕਾਨੂੰਨੀ ਦਾਅ ਪੇਚ ਦੇ ਨਾਲ ਬਚਣਾ ਚਾਹੁੰਦੇ ਸੀ, ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਉਹ ਵਾਹਿਗੁਰੂ ਪਰਮਾਤਮਾ ਇੱਕ ਐਸੀ ਸ਼ਕਤੀ ਜੋ ਸੰਸਾਰ ਚਲਾ ਰਹੀ ਹੈ, ਅਤੇ ਇਹਨਾਂ ਦੀਆਂ ਚਲਾਕੀਆਂ ਉਹਨੇ ਕਿੱਥੇ ਚੱਲਣ ਦੇਣੀਆਂ। ਅੱਛਾ ਭਾਈ ਸੁਖਰਾਜ ਜੀ, ਆਪ ਜੀ ਨੇ ਉੱਥੇ ਵਕੀਲ ਕੀਤਾ, ਆਪ ਵਕੀਲ ਲੈ ਕੇ ਗਏ ਹੋ, ਇਹ ਵਕੀਲ ਦੀ ਫੀਸ ਜਿਹੜੀ ਹੈ ਉਹਨੇ ਕੋਈ ਕੀਤੀ ਹੈ, ਜਾਂ ਵਕੀਲ ਬਿਨਾਂ ਫੀਸ ਵਾਲਾ, ਜਾਂ ਇਹ ਵੀ ਕੋਈ ਪੰਥ ਦਰਦੀ ਹੈ ਜਾਂ ਕੌਮ ਦੀ ਸੇਵਾ ਕਰਨ ਵਾਲਾ? ਜੀ ਇੱਥੇ ਮੈਂ ਨਾਮ ਲੈਣਾ ਚਾਹਾਂਗਾ, ਮੈਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ, ਸਰਬੱਤ ਖਾਲਸਾ 2015 ਵਿੱਚ ਜਿਹੜੇ ਚੁਣੇ ਗਏ ਸੀ, ਉਹਨਾਂ ਦੀ ਬਣਾਈ ਹੋਈ 5 ਮੈਂਬਰੀ ਕਮੇਟੀ ਦਾ ਮੈਨੂੰ ਫੋਨ ਵੀ ਹੋਇਆ, ਉਹਨਾਂ ਨਾਲ ਵਾਰਤਾਲਾਪ ਵੀ ਹੋਈ ਹੈ। ਅੱਜ ਮੇਰੇ ਨਾਲ ਪ੍ਰੋਫੈਸਰ ਬਲਜਿੰਦਰ ਸਿੰਘ ਜੀ, 5 ਮੈਂਬਰੀ ਕਮੇਟੀ ਦੇ ਮੈਂਬਰ ਇੱਥੇ ਆਏ ਸੀ, ਭਾਈ ਨਰੈਣ ਸਿੰਘ ਜੀ ਚੌੜਾ, ਉਹਨਾਂ ਨਾਲ ਮੇਰੀ ਫੋਨ 'ਤੇ ਅਕਸਰ ਗੱਲ ਹੋਈ ਹੈ, ਅਤੇ ਨਾਲ ਉਹਨਾਂ ਦੇ ਸਤਿਕਾਰ ਕਮੇਟੀ ਦੇ ਭਾਈ ਸੁਖਜੀਤ ਸਿੰਘ ਜੀ ਖੋਸੇ, ਅਤੇ ਇੱਕ ਉਹਨਾਂ ਦਾ ਸੱਜਣ ਉਹ ਵੀ ਨਾਲ ਆਏ ਸੀ, ਉਹ ਵੀ ਇੱਥੇ ਮੇਰੇ ਨਾਲ ਕੋਰਟ ਦੇ ਵਿੱਚ ਸੀਗੇ। ਵਕੀਲ ਮੈਂ ਆਪਣੇ ਤੌਰ 'ਤੇ ਕਰਨਾ ਚਾਹੁੰਦਾ ਸੀ, ਆਪਣੇ ਤੌਰ 'ਤੇ ਕੀਤਾ, ਵਕੀਲ ਦਾ ਵੀ ਧੰਨਵਾਦ ਆ, ਉਹਨਾਂ ਨੇ ਵੀ ਐਡਵੋਕੇਟ ਸਾਹਿਬ ਨੇ ਵੀ ਸਾਨੂੰ ਜਿਹੜਾ ਕੰਪਰੋਮਾਈਜ਼, ਉਹਨਾਂ ਨੇ ਫੀਸ ਵਗੈਰਾ ਦੀ ਗੱਲ ਨਹੀਂ ਕੀਤੀ, ਪਹਿਲਾਂ ਕੇਸ ਕਿਹਾ, ਪਹਿਲਾਂ ਕੇਸ। ਦੂਸਰੇ ਨੰਬਰ 'ਤੇ ਜਿੱਥੋਂ ਤੱਕ ਤੁਸੀਂ ਫੀਸ ਦੀ ਗੱਲ ਕੀਤੀ, ਉਹ ਜਥੇਦਾਰ ਦੀ 5 ਮੈਂਬਰੀ ਕਮੇਟੀ ਬਣਾਈ, ਉਹਨਾਂ ਨੇ ਵੀ ਮੈਨੂੰ ਇਹ ਗੱਲ ਕਹੀ ਹੈ, ਕਹਿੰਦੇ ਤੂੰ ਚਿੰਤਾ ਨਹੀਂ ਕਰਨੀ, ਸੱਚ ਦਾ ਸਾਥ ਦੇਣਾ, ਸੱਚ ਦੇ ਨਾਲ ਖੜ੍ਹੇ ਹਾਂ, ਵਕੀਲ ਵੀ ਆਪਣਾ ਸਹੀ ਹੋਵੇ ਅਤੇ ਫੀਸ ਵਗੈਰਾ ਦੀ ਚਿੰਤਾ ਨਹੀਂ ਕਰਨੀ। ਅਤੇ ਨਾ ਭਾਈ ਜਗਤਾਰ ਸਿੰਘ ਜੀ ਹਵਾਰਾ ਵੱਲੋਂ ਆਪਣੀ ਬਣਾਈ ਗਈ ਕਮੇਟੀ ਹੈ ਜਿਹੜੀ, ਉਹ ਫਰਜ਼ ਅਦਾ ਜਿਹੜੀ ਹੈ ਉਹ ਕਰ ਰਹੀ ਹੈ। ਤੋ ਜਥੇਦਾਰ ਜੋ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸੀ ਭਾਈ ਜਗਤਾਰ ਸਿੰਘ ਜੀ ਹਵਾਰਾ, ਉਹਨਾਂ ਦੀ ਟੀਮ ਪਹੁੰਚਦੀ ਹੈ ਫਰੀਦਕੋਟ, ਔਰ ਭਾਈ ਸੁਖਰਾਜ ਸਿੰਘ ਜੀ ਦੇ ਨਾਲ ਮਿਲਦੀ ਹੈ। ਭਾਈ ਸੁਖਰਾਜ ਸਿੰਘ ਜੀ ਨੂੰ ਜੋ ਵਕੀਲ ਕੀਤਾ ਹੈ, ਜਿੱਥੇ ਉਹਨਾਂ ਦਾ ਧੰਨਵਾਦ ਕਰਦੀ, ਉਹਨਾਂ ਨਾਲ ਹੀ ਖਰਚੇ ਦੀ ਗੱਲ ਵੀ ਕਹਿੰਦੀ ਕਿ ਅਸੀਂ ਸਾਰਾ ਕਰਾਂਗੇ। ਅੱਛਾ ਇਸ ਤੋਂ ਇਲਾਵਾ ਜਿਹੜੀਆਂ SGPC ਸ਼੍ਰੋਮਣੀ ਕਮੇਟੀ ਜਿਹੜੀ ਦੁਹਾਈ ਦੇ ਰਹੀ ਹੈ ਪੰਥ ਦੀ ਗੱਲ ਕਰਦੀ ਹੈ, ਕਹਿੰਦੇ ਕਿ ਅਸੀਂ ਸਿਰਮੌਰ ਹਸਤੀਆਂ, ਪੰਥ ਦਾ ਸਾਨੂੰ ਬਹੁਤ ਦਰਦ ਹੈ, ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਨੂੰ ਬਹੁਤ ਦਰਦ ਹੈ। ਸੋ ਐਸੇ ਹੋਰ ਵੀ ਬਹੁਤ ਸਾਰੇ ਲੋਕ ਸੀ ਜਿਹੜੇ ਬਹੁਤ ਦੁਹਾਈ ਦੇ ਰਹੇ ਸੀ ਪਿਛਲੇ ਦਿਨਾਂ ਦੇ ਵਿੱਚ, ਹੜਤਾਲਾਂ ਕੀਤੀਆਂ, ਕੋਈ ਬੈਠੇ ਆ ਆਪਾਂ ਕਹਿ ਦਈਏ ਤਾਂ ਧਰਨਿਆਂ 'ਤੇ, ਕੋਈ ਮੋਰਚੇ ਲੱਗੇ, ਕੋਈ ਕੁਛ ਹੋਇਆ, ਉਹਨਾਂ ਦੇ ਵਿੱਚੋਂ ਕੋਈ ਪਹੁੰਚਿਆ ਉੱਥੇ? ਕਿਉਂਕਿ ਇਸ ਵੇਲੇ ਜੋ ਸਹੀ ਮਿਹਨਤ 'ਚ ਦੇਖਿਆ ਜਾਵੇ ਤਾਂ ਹੁਣ ਗੁਨਾਹਗਾਰ ਤਾਂ ਸਾਹਮਣੇ ਆ ਰਹੇ ਨੇ ਪੁਣ ਕੇ, ਤੋ ਉਹਨਾਂ ਨੂੰ ਮੈਂ ਸਿਰਫ ਇਹੀ ਗੱਲ ਕਰਨਾ ਕਿ ਉਹਨਾਂ ਨੂੰ ਗੱਲ 'ਚ ਰੱਸੀ ਪਾਉਣ ਵਾਸਤੇ ਇਹਨਾਂ ਵੱਲੋਂ ਕੋਈ ਪਹੁੰਚਿਆ? ਨਹੀਂ ਜੀ, ਉਹਨਾਂ 'ਚੋਂ ਜਿੰਨੀਆਂ ਵੀ ਸੰਸਥਾ ਬਣੀਆਂ ਕੋਈ ਕਿਸੇ ਵੱਲੋਂ ਕੋਈ ਨਹੀਂ ਆਇਆ, ਮੈਂ ਸਿੱਧਾ ਅਤੇ ਸਾਫ਼ ਕਹਿਣਾ ਚਾਹੁੰਦਾ। ਮੈਂ ਸਿੱਧਾ ਅਤੇ ਸਾਫ਼ ਅਗਰ ਮੈਂ ਪੁੱਛਾਂ, ਮੈਨੂੰ ਹਾਂ ਨਾ 'ਚ ਦੱਸੀ ਜਾਇਓ, SGPC ਵੱਲੋਂ ਕੋਈ ਆਇਆ? ਨਹੀਂ ਜੀ, ਨਹੀਂ ਕੋਈ ਨਹੀਂ ਆਇਆ। ਭਾਈ ਬਲਜੀਤ ਸਿੰਘ ਜੀ ਦਾਦੂਵਾਲ, ਉਹਨਾਂ ਵੱਲੋਂ ਕੋਈ ਆਇਆ? ਨਹੀਂ, ਕੋਈ ਆਇਆ ਨਹੀਂ। ਉਹਨਾਂ ਦਾ ਹਮੇਸ਼ਾ ਗੱਲਬਾਤ ਹੁੰਦੀ ਰਹਿੰਦੀ ਹੈ, ਵਾਰਤਾਲਾਪ ਜਦੋਂ ਵੀ ਕਿਤੇ ਲੋੜ ਹੈ ਜਾਂ ਉਹ ਜੀ ਗੱਲ ਹੁੰਦੀ ਹੈ, ਕਹਿੰਦੇ ਵੀ ਅਸੀਂ ਪਹੁੰਚਾਂਗੇ, ਦੱਸੋ, ਪਹੁੰਚਦੇ ਵੀ ਹੈ ਨਾ। ਭਾਈ ਧਿਆਨ ਸਿੰਘ ਜੀ ਮੰਡ, ਉਹਨਾਂ ਵੱਲੋਂ ਕੋਈ ਆਇਆ? ਨਹੀਂ ਜੀ, ਕੋਈ ਨਹੀਂ ਆਇਆ, ਉਹਨਾਂ ਵੱਲੋਂ ਵੀ ਕੋਈ ਨਹੀਂ ਆਇਆ। ਅਤੇ ਮੈਂ ਇਸ ਤੋਂ ਬਾਅਦ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, 3 ਸਾਲ ਦਾ ਸੰਘਰਸ਼ ਪੂਰਾ ਚੱਲ ਗਿਆ,
ਹਾਈ ਕੋਰਟ ਦਾ ਵਕੀਲ ਵੀ ਮੇਰੇ ਵੱਲੋਂ ਸੀ। ਹਾਈ ਕੋਰਟ ਦੇ ਵਕੀਲ ਦੇ ਜਿਹੜੇ ਕੇਸ ਲੱਗੇ ਉਹ ਵੀ ਉਹਨਾਂ ਨਾਲ ਮੇਰੇ ਨਾਲ ਗੱਲਬਾਤ ਹੋਈ, ਉਹਨਾਂ ਦੇ ਗੱਲਬਾਤ ਹੋਣ ਦੇ ਨਾਲ ਹੀ ਉਹਨਾਂ ਨੇ ਜਿਹੜਾ ਸਿੱਧੀ ਸਾਡੇ ਨਾਲ ਕੋਈ ਜਥੇਬੰਦੀ ਦਾ ਨੁਮਾਇੰਦਾ ਉੱਥੇ ਮੇਰੇ ਨਾਲ ਪਾਰਟੀਸਪੇਟ 'ਚ ਨਹੀਂ ਸੀਗਾ ਜੀ। ਬਿਲਕੁਲ, ਤਾਂ ਇਸ ਵੇਲੇ ਗੱਲ ਕਰੀਏ, ਬੜੀ ਦੁਹਾਈ ਦੇ ਰਹੇ ਆ ਸੁਖਬੀਰ ਸਿੰਘ ਬਾਦਲ ਹੋਣੀ, ਜਿੱਦਾਂ ਸ਼੍ਰੋਮਣੀ ਅਕਾਲੀ ਦਲ, ਉਹ ਕਹਿ ਰਹੇ ਕਿ ਪੰਥ ਦਰਦੀ ਨੇ, ਪੰਥ ਦੀ ਗੱਲ ਕਰਦੇ ਨੇ, ਉਹ ਤਾਂ ਕਹਿ ਰਹੇ ਇਹ ਇੱਕ ਡਰਾਮਾ ਸੀ, ਔਰ ਇੱਥੋਂ ਤੱਕ ਉਹ ਕਹਿ ਰਿਹਾ ਕਿ ਜਿਹੜੇ ਲੋਕ ਆਰੋਪੀ ਨੇ ਉਹਨਾਂ ਗੁਨਾਹਗਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ SGPC ਤੁਸੀਂ ਮਨਾ ਕਰ ਦਿੱਤੀ ਕਿ ਉਹਨਾਂ 'ਚ ਕਿਸੇ ਨੇ ਕੋਈ ਮਦਦ ਨਹੀਂ ਕੀਤੀ, ਤਾਂ ਸ਼੍ਰੋਮਣੀ ਅਕਾਲੀ ਦਲ ਇਹ ਪੰਥਕ ਪਾਰਟੀ ਇਹਨਾਂ ਵੱਲੋਂ ਜੀ ਪੰਥਕ ਪਾਰਟੀ ਸੀ, ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦਾ ਨਾਂ ਜਿਹੜਾ ਬਹੁਤ ਪਵਿੱਤਰ ਅਤੇ ਪੰਥਕ ਨਾਂ ਹੈ, ਪਰ ਜਿਹੜੇ ਇਸ ਦੇ ਸਰਮਾਏਦਾਰ ਠੇਕੇਦਾਰ ਜਿਹੜੇ ਅੱਜ ਬਾਦਲ ਪਰਿਵਾਰ ਹੈ, ਇਹ ਅਖੌਤੀ ਪੰਥਕ ਹੈ। ਇਹਨਾਂ ਨੂੰ ਪੰਥ ਨਾਲ ਕੋਈ ਨਹੀਂ, ਇਹਨਾਂ ਨੂੰ ਆਪਣੀ ਜੇਬ ਨਾਲ ਅਤੇ ਇਹਨਾਂ ਨੂੰ ਕੁਰਸੀ ਨਾਲ, ਇਹ ਇੱਕ ਅੱਜ ਦੇ ਟਾਈਮ ਤੁਸੀਂ ਸ਼੍ਰੋਮਣੀ ਇਹ ਅਕਾਲੀ ਦਲ ਨਹੀਂ ਲਿਖਦੇ, ਸ਼੍ਰੋਮਣੀ ਅਕਾਲੀ ਦਲ ਬਾਦਲ ਲਿਖਦੇ ਆ। ਇਹਨਾਂ ਨੇ ਇੱਕ ਪਰਿਵਾਰ ਦੀ ਪਾਰਟੀ ਬਣਾ ਲਈ ਆ, ਇਹ ਉਹ ਪੰਥ ਦੇ ਠੇਕੇਦਾਰ ਬਣੇ ਹੋਏ ਆ, ਆਪ ਮਾਰੇ ਨਾ ਇਹਨਾਂ ਨੂੰ ਉਹਨਾਂ 'ਚੋਂ ਕੋਈ ਆਇਆ, ਉਹਨਾਂ 'ਚੋਂ ਕੋਈ ਨਹੀਂ ਆਇਆ, ਉਹਨਾਂ ਨੇ ਕੋਈ ਪਹੁੰਚ ਨਹੀਂ ਕੀਤੀ। ਹਾਲਾਂਕਿ ਉਹ ਗੁਰੂ ਦੇ ਨਾਂ 'ਤੇ ਰੋਜ਼ ਕਰਨ ਵਾਲਿਆਂ ਨੂੰ ਇੱਕ ਡਰਾਮਾ ਦੱਸਦੇ ਆ, ਇੱਕ ਢੌਂਗ ਦੱਸਦੇ ਆ, ਅਤੇ ਘਰੋਂ ਵਿਹਲੇ ਅਤੇ ਨਿਕੰਮੇ ਦੱਸਦੇ ਆ ਵੀ ਇਹ ਧਰਨੇ ਲਾਉਂਦੇ ਆ। ਮੈਂ ਇਹੀ ਸਾਬਕਾ CM ਸਾਹਿਬ ਜਿਹੜੇ ਸੀਗੇ ਆਪਣੇ ਸੁਖਬੀਰ ਸਿੰਘ ਜੀ ਬਾਦਲ, ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜੇ ਵਿਹਲੇ ਸੀ ਤਾਂ ਉਹ ਹਰੀਕੇ ਹੈੱਡ 'ਤੇ, ਫਿਰ ਉਹ ਵਿਹਲੇ ਸੀਗੇ ਜਦੋਂ ਹਰੀਕੇ ਹੈੱਡ 'ਤੇ ਉਹਨਾਂ ਨੇ ਧਰਨੇ ਦਿੱਤੇ। ਸਾਡੇ ਸਿੱਖਾਂ ਨੇ, ਸਿੱਖ ਪੰਥ ਨੇ ਗੁਰੂ ਦੇ ਰੋਸ ਵਜੋਂ ਧਰਨਾ ਦਿੱਤਾ, ਗੁਰੂ ਦਾ ਨਿਰਾਦਰ ਹੋਇਆ ਉਹਦੇ ਵਜੋਂ, ਉਹਦੇ ਧਰਨੇ 'ਚ ਉਹਨਾਂ ਨੇ ਆਉਣਾ ਚੰਗਾ ਨਹੀਂ ਸਮਝਿਆ। ਹਾਲਾਂਕਿ ਕੁਝ ਕੁ ਲੋੜੀ ਦੇ ਕੰਮਾਂ ਕਰਕੇ ਜਿਹੜਾ ਉਹਨਾਂ ਨੇ ਹਰੀਕੇ ਹੈੱਡ 'ਤੇ ਧਰਨਾ ਦਿੱਤਾ, ਜਿਹੜਾ ਉਹਨਾਂ ਨੂੰ ਉਹ ਦੇਣਾ ਚੰਗਾ ਸਮਝਿਆ ਉਹਨਾਂ ਨੇ ਗੁਰੂ ਨੂੰ ਪਿੱਛੇ ਰੱਖ ਕੇ ਸਾਡੀਆਂ ਲੋੜੀਂਦਾ ਚੀਜ਼ਾਂ ਨੂੰ ਉਹਦੇ ਲਈ ਧਰਨਾ ਦਿੱਤਾ ਬਣਦਾ। ਪਰ CM ਸਾਹਿਬ ਜੇ ਇੱਥੇ ਆਉਂਦੇ ਪੰਥ ਹੋਣ ਦੇ ਨਾਂ 'ਤੇ, ਆਪਣੇ ਆਪ ਨੂੰ ਪੰਥਕ ਪਾਰਟੀ ਦੇ ਪਹਿਰੇਦਾਰ ਹੋਣ ਦੇ ਨਾਂ 'ਤੇ ਇੱਥੇ ਆਉਂਦੇ ਤਾਂ ਉਹਨਾਂ ਦੀ ਸ਼ਲਾਘਾ ਮੰਨਦੇ ਸੀ, ਪਰ ਉਹਨਾਂ ਨੇ ਗੋਲੀਆਂ ਚਲਾਉਣ ਦੇ ਆਰਡਰ ਵੀ ਉਹਨਾਂ ਨੇ ਦਿੱਤੇ ਉਸ ਟਾਈਮ 'ਤੇ ਗ੍ਰਹਿ ਮੰਤਰੀ ਸੀ। ਜੇ ਉਹ ਇੰਨਾ ਪੰਥ ਦਰਦ ਰੱਖਦੇ ਸੀ ਤਾਂ ਇਹ ਕੰਮ ਹੋਣਾ ਹੀ ਨਹੀਂ ਚਾਹੀਦਾ ਸੀ ਪੰਜਾਬ ਦੇ ਵਿੱਚ, ਸਾਡੇ ਗੁਰੂ ਦਾ ਨਿਰਾਦਰ ਨਹੀਂ ਹੋਣਾ ਚਾਹੀਦਾ ਸੀ। 3 ਸਾਲ ਬਾਅਦ ਦੋਸ਼ੀ ਕਿਤੇ ਨਾ ਕਿਤੇ ਹੱਥ ਲੱਗ ਰਹੇ ਆ, ਪੰਥਕ ਪਾਰਟੀ ਸੀ। ਬਿਲਕੁਲ, ਕਹਾਣੀ ਇਹ ਆ ਰਹੀ ਕਿ 2015 ਦੇ ਵਿੱਚ ਅਤੇ 2017 ਤੱਕ ਜਿਹੜੀ ਹੈ ਸਰਕਾਰ ਦਾ ਵਕਬਾ ਰਿਹਾ ਜੀ, ਇਹ 2015 ਉਹਦੇ ਦੌਰਾਨ ਇਹ ਵਾਕਿਆ ਵਾਪਰਿਆ, ਉਦੋਂ ਪੁਲਿਸ ਅਣਪਛਾਤੀ ਹੋ ਗਈ। ਹੁਣ ਜਿਹੜੀ SIT ਬੈਠੀ ਹੈ, ਇਹਦਾ ਕ੍ਰੈਡਿਟ ਤੁਸੀਂ ਕਿਹਨੂੰ ਦਿੰਦੇ ਹੋ? ਕੈਪਟਨ ਸਰਕਾਰ ਨੂੰ ਦਿੰਦੇ ਹੋ, ਬਰਗਾੜੀ ਮੋਰਚੇ ਵਾਲਿਆਂ ਨੂੰ ਦਿੰਦੇ ਹੋ, ਸਿੱਖ ਸੰਗਤ ਨੂੰ ਦਿੰਦੇ ਹੋ, ਇਹਦਾ ਕ੍ਰੈਡਿਟ ਕਿਹਨੂੰ ਦਿੰਦੇ? ਇਹਦਾ ਕ੍ਰੈਡਿਟ ਸਭ ਤੋਂ ਪਹਿਲਾਂ ਤਾਂ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਜਾਂਦਾ ਹੈ, ਅਤੇ ਦੂਸਰਾ ਜਾਂਦਾ ਗੁਰੂ ਪਿਆਰੀ ਸਿੱਖ ਸੰਗਤ ਨੂੰ, ਜਿਨ੍ਹਾਂ ਦੀਆਂ ਲੱਖਾਂ ਕਰੋੜਾਂ ਅਰਦਾਸਾਂ ਦੇ ਸਦਕਾ ਇਹ ਦੋਸ਼ੀ ਆ ਜਿਹੜੇ SIT ਦੇ ਹੱਥ ਲੱਗੇ ਆ, ਅਤੇ ਤੀਸਰਾ ਕ੍ਰੈਡਿਟ ਪੰਜਾਬ ਸਰਕਾਰ ਅਤੇ SIT ਨੂੰ ਜਾਂਦਾ, ਜਿਨ੍ਹਾਂ ਨੇ ਲੋਕਾਂ ਦੀ ਮੰਗ ਨੂੰ ਮੰਨਿਆ, ਥੋੜ੍ਹਾ ਬਹੁਤਾ ਦਰਦ ਸਮਝ ਕੇ ਉਸ 'ਤੇ ਕੰਮ ਕੀਤਾ। ਅਤੇ ਸਭ ਤੋਂ ਪਹਿਲਾਂ ਮਤਲਬ ਵਾਹਿਗੁਰੂ ਦਾ ਧੰਨਵਾਦ ਆ, ਦੂਜਾ ਸਿੱਖ ਸੰਗਤ ਆ ਜਿਨ੍ਹਾਂ ਨੇ 2015 ਤੋਂ ਲੈ ਕੇ ਅੱਜ ਤਾਈਂ ਸੁਬਹਾ ਸ਼ਾਮ ਦਿਨ ਰਾਤ ਜਿਹੜੇ ਅਰਦਾਸਾਂ ਕਰਦੇ ਆ ਵੀ ਸਾਡੇ ਗੁਰੂ ਦੇ ਦੁੱਖੀ ਫੜੇ ਜਾਣ। ਅਤੇ ਬਾਕੀ ਟੀਮ ਦਾ, SI ਸਿੱਟ ਦਾ ਟੀਮ ਦਾ ਧੰਨਵਾਦ, ਜਿਹੜੇ ਇਮਾਨਦਾਰੀ ਨਾਲ ਆਪਣਾ ਜਿਹੜਾ ਫਰਜ਼ ਨਿਭਾ ਰਹੇ ਆ, ਗੁਰੂ ਦਾ ਦਰਦ ਆਪਣੇ ਮਨ 'ਚ ਰੱਖ ਕੇ ਸਹੀ ਅਤੇ ਸੁੱਚੀ ਜਾਂਚ ਕਰਕੇ ਜਿਹੜੇ ਦੋਸ਼ੀ ਆ ਲੋਕਾਂ ਦੇ ਵਿੱਚ ਲਿਆ ਰਹੇ ਆ। ਸੋ ਮੈਂ ਇੰਨਾ ਹੀ ਕਹਿਣਾ ਬਣਦਾ ਜੀ। ਜੀ ਜੀ ਸੁਖਰਾਜ ਜੀ, ਇਹ ਤਾਂ ਸੱਪ ਦੀ ਖੁੱਡ 'ਚ ਹੱਥ ਪਾਉਣ ਵਾਲੀ ਗੱਲ ਸੀ। ਬਿਲਕੁਲ ਜੀ, ਠੀਕ ਹੈ ਜੀ। ਤੋ ਬੜੀ ਮੁਸ਼ਕਲ ਦੇ ਨਾਲ ਇਹ ਲੋਕ ਜਿਹੜੇ ਨੇ ਬੇਨਕਾਬ ਹੋ ਰਹੇ ਨੇ, ਹੁਣ ਕੀ ਉਮੀਦ ਜਾਗੀ ਹੈ ਕੌਮ ਨੂੰ? ਤੁਸੀਂ ਰੋਜ਼ ਵਿਚਰਦੇ ਹੋ ਪੰਥਕ ਜਥੇਬੰਦੀਆਂ ਦੇ ਵਿੱਚ, ਚਰਨਜੀਤ ਸ਼ਰਮਾ ਦੇ ਫੜਨ ਦੇ ਨਾਲ ਜੋ ਹਫੜਾ ਦਫੜੀ ਪਈ ਹੈ, ਜਿਸ ਤਰੀਕੇ ਦੇ ਨਾਲ ਉਹ ਸਮੇਂ ਦੇ ਗੁਨਾਹਗਾਰ, ਚਾਹੇ ਉਹ SP ਹੈ, ਚਾਹੇ ਉਹ SHO ਹੈ, ਚਾਹੇ ASI ਹੈ, ਇਹਨਾਂ ਦੀ ਜੋ ਪੁਲਿਸ ਅਫਸਰਾਂ ਦੀ ਸਾਰੀ ਟੀਮ ਹੈ, ਉਹ ਟੀਮ ਦੇ ਨਾਲ ਮੈਂ ਗੱਲ ਕਰਾਂ ਤਾਂ ਇੱਕ ਵਿਸ਼ੇਸ਼ ਪਾਰਟੀ ਸੀ ਜਿਹੜੀ ਅਕਾਲੀ ਦਲ ਜੇ 'ਤੇ ਉਂਗਲੀ ਚੁੱਕੀ ਜਾ ਰਹੀ ਹੈ, ਸਾਥ ਮੇਰੇ ਖਿਆਲ ਉਹਨਾਂ ਦੇ ਵੀ ਸੋਗੇ ਹੋਣਗੇ ਜੀ। ਬਿਲਕੁਲ, ਉਹਨਾਂ ਨੂੰ ਵੀ ਇਸ ਟਾਈਮ ਪੂਰਾ ਡਰ ਆ, ਹਾਲਾਂਕਿ ਇਕੱਲੇ ਚਰਨਜੀਤ ਦੇ ਫੜਨ ਨਾਲ ਕੋਈ ਕਾਮਯਾਬੀ ਨਹੀਂ ਹੈ, ਇੱਕ ਮੋਹਰਾ ਬਣ ਗਿਆ ਅਸਲੀ ਸੱਚਾ ਸੁੱਚਾ ਜਿਹੜਾ, ਹੈ ਨਾ, ਆਪਾਂ ਸਿੱਖ ਸੰਗਤ ਦੇ ਅਰਦਾਸਾਂ ਕਰਕੇ ਜਾਂ SIT ਨੇ ਫੜਿਆ। ਹੁਣ ਚਰਨਜੀਤ ਇਹ ਤਾਂ ਨਹੀਂ ਆ ਵੀ ਜੇ ਉਹਨੇ ਕੀਤਾ ਤਾਂ ਲੋਕ ਉਹਨੂੰ ਵੀ ਬਖਸ਼ਣਗੇ ਨਹੀਂ, ਅਤੇ ਪੁਲਿਸ ਵੀ ਅਤੇ ਕਾਨੂੰਨ ਵੀ ਨਹੀਂ ਬਖਸ਼ੂਗਾ। ਜੇ ਉਹ ਪੂਰਾ ਗੁਨਹਗਾਰ ਨਹੀਂ ਹੈ ਤਾਂ ਉਹ ਅੱਗੇ ਵੀ ਦੱਸੂਗਾ ਵੀ ਸਾਨੂੰ ਇਹਦਾ ਆਰਡਰ ਆਇਆ। ਉਸ ਟਾਈਮ 'ਤੇ ਮੌਜੂਦਾ ਸਰਕਾਰ ਸੁਖਬੀਰ ਬਾਦਲ ਦੀ ਸੀ, ਗੱਲ ਸਾਰੀ ਉੱਥੇ ਜਾ ਕੇ ਰੁਕਣੀ ਹੈ, ਅਤੇ ਲੋਕਾਂ ਨੂੰ ਵੀ ਸਾਹ ਉੱਥੇ ਜਾ ਕੇ ਹੀ ਆਉਣਾ, ਜਿਹੜੇ ਨੇ ਲੋਕਾਂ ਨੂੰ ਕੰਮ ਦੇਣ ਦੀ ਬਜਾਏ ਨਸ਼ਾ ਦੇਤਾ, ਲੋਕਾਂ ਨੂੰ ਸਿੱਖੀ ਸਰੂਪ ਦੇਣ ਦੀ ਥਾਂ 'ਤੇ ਉਹਨਾਂ ਨੇ ਇੱਕ ਵੱਖਰਾ ਢੰਗ ਰੰਗ ਨਸ਼ੇ 'ਚ ਬਣਾ ਕੇ, ਅਤੇ ਲੋਕਾਂ ਦੇ ਪੁੱਤਾਂ ਨੂੰ ਨਸ਼ੇ 'ਤੇ ਲਾ ਕੇ ਘਰਾਂ ਦੇ ਘਰ ਬੇਘਰ ਕਰਤੇ, ਇਕੱਲਾ ਪੰਥ ਦਾ ਨਾਂ ਵਰਤ ਕੇ ਉਹਨਾਂ ਨੇ ਜਿਹੜਾ ਬਹੁਤ ਵੱਡਾ ਧੋਖਾਧੜੀ ਜਿਹੜੀ ਲੋਕਾਂ ਨੇ ਕੀਤੀ ਆ, ਇੱਕ ਨੂੰ ਕੰਮ 'ਤੇ ਲਵਾ ਕੇ ਚਾਰਾਂ ਨੂੰ ਕੰਮ ਤੋਂ ਹਟਾ ਦੇਣਾ, ਸੋ ਇੱਦਾਂ ਦਾ ਉਹਨਾਂ ਨੇ ਕੰਮ ਜਿਹੜੇ ਕੀਤੇ ਸੀਗੇ, ਉਹਨਾਂ ਦੀ ਸਜ਼ਾ ਉਹਨਾਂ ਨੂੰ ਜ਼ਰੂਰ ਮਿਲੂਗੀ। ਚਰਨਜੀਤ ਸ਼ਰਮਾ ਆਪਣੇ ਬਚਾਅ ਲਈ
अगली गिरफ्तारी तुसी केदी समझदे हो? जिहड़ा साबका डीजीपी सुमेश सैनी उहदी हो सकदी है या कोई होर वड्डा मगरमच्छ जिहनूं बार बार सुमेध सैनी है जिहड़ा इदां दा बंदा जिहने 84 तों लै के अज ताईं सिखां दे सिरां नाल खुदो खुंडी खेडी है, जिहड़ा इन्ना क दुश्मण आ सिखां दे जवाकां दा जां कह लो सिखां दे लोक जिहड़े सिखी सरूप सांभण वाले उहनां दा, जिहने खुदो खुंडी अज तक खेडी है, उहनूं सज़ा बणदी है। ते उह वी ਇਹੜੀਆਂ ਵੀ ਉਹ ਆਪਣੀ ਮਰਜ਼ੀ ਨਾਲ ਕਰ ਗਿਆ, ਉਹ ਵੀ ਇੱਕ ਦਾਇਰੇ 'ਚ ਆ, ਉਹ ਵੀ ਬੰਦ ਸੀ, ਉਹਨੂੰ ਵੀ ਕਿਸੇ ਦਾ ਹੁਕਮ ਕੀਤਾ ਜਾਂਦਾ। ਸੋ ਮੁੱਕਦੀ ਗੱਲ ਇਹ ਜੀ, ਬਾਦਲ ਪਰਿਵਾਰ 'ਤੇ ਜਾ ਕੇ ਗੱਲ ਰੁਕਦੀ ਆ, ਜਿੰਨਾ ਚਿਰ ਬਾਦਲ ਮੂਧੇ ਨਹੀਂ ਪਾਏ ਜਾਂਦੇ, ਬਾਦਲ ਲੰਮੇ ਨਹੀਂ ਪਾਏ ਜਾਂਦੇ, ਉਹਨਾਂ ਚਿਰ ਗੱਲ ਨਹੀਂ ਬਣਦੀ, ਫਿਰ ਬਾਦਲ ਵੀ ਦੱਸਣਗੇ ਵੀ ਸਾਥੋਂ ਕੌਣ ਕਰਾਈ ਜਾਂਦਾ। ਇਹ ਜਿਹੜਾ ਬਲਾਤਕਾਰੀ ਹੈ ਸਿਰਸੇ ਵਾਲਾ, ਇੱਕ ਅਖੌਤੀ ਜੀ, ਇਹ ਬੇਵਕੂਫ ਜੀ ਕਿਸਮ ਦਾ ਇੱਕ ਸਾਧ, ਇਹ ਵੀ ਇਸ ਸਕੰਜੇ 'ਚ ਆ ਸਕਦਾ? ਬਿਲਕੁਲ, ਇਹਨੂੰ ਸਾਧ ਨਾ ਕਹੋ ਜੀ, ਸਾਧ ਨਾਂ 'ਤੇ ਵੀ ਧੱਬਾ, ਸਾਧ ਇਹ ਨਹੀਂ ਹੁੰਦੇ, ਇਹਨਾਂ ਵਰਗੇ ਸਾਧ ਨਹੀਂ ਹੁੰਦੇ, ਬਲਾਤਕਾਰੀ ਅਤੇ ਲੁੱਚਾ ਲਫੰਗਾ ਹੀ ਹੈ ਇਹ ਸਾਧ ਨਹੀਂ ਆ। ਇਹ ਵੀ ਆਊਗਾ, ਇਹਦਾ ਵੀ ਪਤਾ ਲੱਗੂਗਾ ਜਦੋਂ ਹੁਣ ਜਿਹੜੇ ਬੋਲਣਗੇ ਜਾਂ ਕਿਹਨੇ ਕਰਾਇਆ ਜਾਂ ਵੋਟਾਂ ਲਈ ਕਰਾਇਆ, ਨੋਟਾਂ ਲਈ ਕਰਾਇਆ, ਕਿਹੜੀ ਸਿਆਸਤ ਖੇਡੀ। ਸਾਧ ਤਾਂ ਉਹਦੇ ਵੀ ਸੁੱਕ ਗਏ ਹੋਣੇ ਉੱਥੇ ਸਨਾਰੀਆ ਜੇਲ੍ਹ ਦੇ ਵਿੱਚ ਵੀ, ਹੁਣ ਉਹਨੂੰ ਵੀ ਭੱਜ ਰਹਿਣੀਆਂ ਪੈ ਗਈਆਂ ਵੀ ਮੇਰੀਆਂ ਫਿਲਮਾਂ 'ਤੇ ਇੰਨੇ ਐਕਸ਼ਨ ਨਹੀਂ ਹੋਏ ਜਿੰਨੇ ਹੁਣ ਉਹਦੇ ਅਸਲੀ ਹੋਣੇ ਆ। ਜਦੋਂ ਉਹਨੂੰ ਇੱਥੇ ਰਿਮਾਂਡ 'ਤੇ ਲਿਆਉਂਦਾ, ਜਿਹੜੇ ਉਹ 'ਤੇ ਅਸਲੀ ਰਿਐਲਿਟੀ ਐਕਸ਼ਨ ਹੋਣਗੇ ਨਾ, ਉਹ ਫਿਰ ਉਹਨੂੰ ਸੋਚਣ ਲੱਗ ਗਿਆ ਹੋਣਾ ਵੀ ਇਹ ਤਾਂ ਔਖਾ ਹੋ ਗਿਆ ਕੰਮ। ਪਰ ਸਾਡਾ ਵਾਹਿਗੁਰੂ ਅਕਾਲ ਪੁਰਖ ਸਦਾ ਸਮਰੱਥ ਹੈ, ਜਿਹਨੇ ਵੀ ਉਹਦੇ ਨਾਲ ਮੱਥਾ ਲਾਇਆ ਹਮੇਸ਼ਾ ਉਹ ਗਿਆ ਹੀ ਹੈ ਜੀ। ਉਹ ਭਾਵੇਂ ਜੀ ਜੀ ਇਸ ਵੇਲੇ ਮੈਂ ਸੁਖਰਾਜ ਜੀ ਗੱਲ ਕਰਾਂ ਤਾਂ ਉਸ ਨੂੰ ਸਜ਼ਾ ਸੁਣਾਉਣ ਵਾਲਾ ਜੱਜ ਜਗਦੀਪ ਸਿੰਘ ਜੀ, ਕੌਮ ਬੇਹੱਦ ਉਹਨਾਂ ਸਤਿਕਾਰ ਕਰੀ ਹੈ, ਬੇਹੱਦ ਪਿਆਰ ਕਰੀ ਹੈ। ਇਸੇ ਤਰ੍ਹਾਂ ਪੰਜਾਬ ਪੁਲਿਸ ਦਾ ਇੱਕ ਬਹਾਦਰ ਔਫਿਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਸ ਦੀ ਅਗਵਾਈ ਦੇ ਵਿੱਚ, ਕਹਿਣਾ ਚਾਹੁੰਦਾ ਜੇ ਹੁਣ SIT ਦੇ ਜਿਹੜੇ ਕੰਵਰ ਵਿਜੇ ਪ੍ਰਤਾਪ ਸਿੰਘ ਜੀ ਆ, ਜੇ ਉਹੀ ਇੱਦਾਂ ਦਾ ਵਧੀਆ ਉਹਨਾਂ ਨੇ ਚਰਨਜੀਤ ਸ਼ਰਮੇ ਵਾਲਾ ਕੰਮ ਕੀਤਾ, ਚਾਰਾਂ ਵਾਲਾ ਹੋਰ ਹੋ ਜਾਣਾ, ਅੱਗੇ ਤੱਕ ਹੱਥ ਉਹਨਾਂ ਦਾ ਜਾਂਦਾ, ਤਾਂ ਕੌਮ ਉਹਨਾਂ ਦਾ ਕਰਜ਼ ਸਾਰੀ ਉਮਰ ਨਹੀਂ ਭੁੱਲ ਸਕਦੀ। ਉਹਨਾਂ ਨੂੰ ਹੱਥਾਂ ਦੇ ਜਿਹੜੇ ਫੁੱਲ ਬਣਾ ਦੇਣਗੇ ਲੋਕ, ਉਹਨਾਂ ਨੂੰ ਅੱਖਾਂ ਦੀਆਂ ਸੇਜਾਂ 'ਤੇ ਸਜਾ ਲੈਣਗੇ। ਸੋ ਬਹੁਤ ਵਧੀਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜੇ ਆਪਣੀ ਤਨਦੇਹੀ ਨਾਲ ਇਮਾਨਦਾਰੀ ਨਾਲ ਵਧੀਆ ਕੰਮ ਕਰ ਰਹੇ ਆ। ਮੈਂ ਅੱਜ ਵੀ ਕਹਿੰਦਾ ਜਿਹੜਾ ਬੇਕਸੂਰ ਉਹਨੂੰ ਨਹੀਂ ਫੜਿਆ ਜਾਣਾ ਚਾਹੀਦਾ, ਉਹ ਭਾਵੇਂ ਪੁਲਿਸ ਅਧਿਕਾਰੀ ਆ, ਹੈ ਤਾਂ ਸਾਡੇ ਭਰਾ, ਪਰ ਜਿਨ੍ਹਾਂ ਨੇ ਆਪਣੇ ਆਪ ਨਾਲ ਗਲਤ ਕੀਤਾ, ਗੁਰੂ ਦਾ ਡਰ ਨਹੀਂ ਮੰਨਿਆ, ਉਹਨਾਂ ਨੇ ਗਲਤ ਕੀਤਾ ਆਪਣੀ ਹੋਮੇ 'ਚ ਆ ਕੇ, ਸੋ ਉਹਨਾਂ ਨੂੰ ਫੜ ਕੇ ਅੰਦਰ ਜ਼ਰੂਰ ਧੱਕਣਾ ਚਾਹੀਦਾ। ਸਾਰਾ ਪੁਲਿਸ ਸਿਸਟਮ ਜਿਹੜਾ ਕਰਪਟ ਨਹੀਂ ਹੈ, ਕਿਉਂਕਿ ਇਹ ਵੀ ਪੁਲਿਸ ਵਾਲੀ ਆ। ਸੁਖਰਾਜ ਜੀ ਇੱਕ ਤਾਂ ਰਾਜਨੀਤਿਕ ਡਰਾਮਾ 'ਤੇ ਨਹੀਂ, ਵੋਟਾਂ ਆ ਰਹੀਆਂ ਨੇ 2019 ਦੀਆਂ ਲੋਕ ਸਭਾ, ਉਹਨਾਂ ਦਾ ਫਾਇਦਾ ਲੈਣ ਵਾਸਤੇ ਕਾਂਗਰਸ ਵੱਲੋਂ ਖੇਡਿਆ ਗਿਆ। ਹਾਂ ਨਹੀਂ, ਮੇਰਾ ਸਵਾਲ ਪੂਰਾ ਹੋ ਲੈਂਦਾ, ਕਾਂਗਰਸ ਵੱਲੋਂ ਖੇਡਿਆ ਗਿਆ ਇੱਕ ਪੱਤਾ ਹੋਵੇ, 2019 ਟੱਪੇ ਔਰ ਉਸ ਤੋਂ ਬਾਅਦ ਫਿਰ ਮਾਮਲਾ ਉੱਥੇ ਦਾ ਉੱਥੇ ਆ ਜਾਵੇ, ਜਾਂ ਇਹਨਾਂ 'ਤੇ ਢਿੱਲ ਮੱਠ ਕਾਰਵਾਈ ਹੋ ਜਾਵੇ, ਉਹਦੇ ਬਾਅਦ ਜ਼ਮਾਨਤਾਂ ਹੋ ਜਾਣ, ਜਾਂ ਉਹਦੇ ਬਾਅਦ ਕਿਹਾ ਜਾਵੇ ਕਿ ਤੁਸੀਂ ਰੁਕ ਜਾਓ ਯਾਰ, 2019 ਤੱਕ ਦਾ ਮਸਲਾ ਹੈਗਾ, ਮਤਲਬ ਰਾਜਨੀਤੀ ਦੀ ਭੇਟ 'ਤੇ ਨਹੀਂ ਚੜ ਜਾਏਗਾ, ਔਰ ਜਾਂ ਕਿਤੇ ਕੌਮ ਨੂੰ ਬੇਵਕੂਫ ਤਾਂ ਨਹੀਂ ਬਣਾਇਆ ਜਾਏਗਾ ਕਿਸੇ ਵੱਲੋਂ? ਨਹੀਂ ਦੇਖੋ, ਇਹ 'ਚ ਪੋਲੀਟੀਕਲ ਪਾਰਟੀਆਂ ਦੇ ਅਲੱਗ ਅਲੱਗ ਸੋਚ ਹੋ ਸਕਦੀ, ਉਹ 'ਚ ਮੈਂ ਇਸ ਟਾਈਮ ਕੁਛ ਨਹੀਂ ਕਹਿ, ਹੋ ਸਕਦਾ ਇੱਕ ਪੱਖ ਰੱਖ ਲਓ, ਹੋ ਸਕਦਾ ਇੱਕ ਰਾਜਨੀਤਿਕ ਪੱਤਾ ਵੀ ਹੋ ਸਕਦਾ, ਪਰ ਰਾਜਨੀਤਿਕ ਪੱਤਾ ਵੀ ਐਡਾ ਕੁ ਵੱਡਾ ਖੇਡ ਲੈਣਾ ਕਿਤੇ, ਵੀ ਜਿਹੜੇ ਇਸ ਖੇਡ ਦੇ ਵਿੱਚ ਉਹ ਸਾਰੇ ਸ਼ਤਰਮੁਰਗ ਮਗਰਮੱਛ ਜਿਹੜੇ ਆ ਜਾਣ, ਤਾਂ ਲੋਕ ਇਹਨੂੰ ਰਾਜਨੀਤਿਕ ਪੱਤੇ ਨੂੰ ਵੀ ਇੱਕ ਤੋਹਫਾ ਸਮਝ ਕੇ, ਜਾਂ ਇੱਕ ਜਿਹੜੀ ਸਿੱਖਾਂ ਦੀ ਜਿਹੜੀ ਇਨਸਾਫ ਦੀ ਆਸ ਬੱਝੀ ਹੋਈ ਆ, ਉਹ ਇਨਸਾਫ ਪੂਰਾ ਹੋ ਗਿਆ ਸਮਝ ਕੇ ਵੀ ਮੰਨ ਜੂ, ਅਤੇ ਕਾਂਗਰਸ ਮੈਂ ਆਪਣੇ ਦਾਅਵੇ ਨਾਲ ਕਹਿੰਦਾ ਵੀ ਅਗਲੀ ਵਾਰ ਫਿਰ ਆਜੂਗੀ। ਜਨਰਲ ਡਾਇਰ, ਤੁਹਾਡੀ ਨਜ਼ਰ ਦੇ ਵਿੱਚ ਕੌਣ ਹੈ? ਪ੍ਰਕਾਸ਼ ਸਿੰਘ ਬਾਦਲ ਆ ਜੀ, ਜਿਹੜਾ ਜਨਰਲ ਡਾਇਰ ਆ। ਇਹੀ ਜਨਰਲ ਡਾਇਰ ਦੀ ਆਪਾਂ ਗੱਲ ਕਰੀਏ, ਜਿਹੜਾ ਵਾਲੇ ਬਾਗ ਦੇ ਵਿੱਚ ਘਟਨਾ ਹੋਈ, ਉੱਥੇ ਗੋਲੀਆਂ ਚਲਾਉਣ ਵਾਲੇ ਨੂੰ ਕੋਈ ਨਹੀਂ ਜਾਣਦਾ, ਜਿਹੜੇ ਉਹਨਾਂ ਦੇ ਅਧਿਕਾਰੀ ਪੁਲਿਸ ਵਾਲੇ ਸੀ ਉਹਨਾਂ ਨੂੰ ਕੋਈ ਨਹੀਂ ਜਾਣਦਾ, ਨਾ ਕਿਹਦਾ ਵੱਜ ਰਿਹਾ ਸੀ, ਜਨਰਲ ਡਾਇਰ ਦਾ। ਉਸੇ ਤਰ੍ਹਾਂ ਹੀ ਕੋਟਕਪੂਰੇ ਦੇ ਵਿੱਚ ਹਜ਼ਾਰਾਂ ਦੀ ਤਦਾਦ 'ਚ ਪੁਲਿਸ ਵਾਲੇ ਨੇ ਗੋਲੀਆਂ ਚਲਾਈਆਂ, FIR ਜਿਹੜੇ ਚੰਦ ਕੁ ਬੰਦੇ ਉਹਨਾਂ 'ਤੇ ਹੋਈ ਹੈ, ਕਿਉਂਕਿ ਚਾਰ ਉੱਥੇ ਮੁੱਖ ਭੂਮਿਕਾ ਨਿਭਾ ਰਹੇ ਸੀ, ਗੋਲੀਆਂ ਚਲਾਉਣ 'ਚ ਵੀ, ਆਪਣੇ ਮਤਲਬ ਹੋਮੇ 'ਚ ਵੀ ਇਹ ਸੀਗੇ, ਅਤੇ ਇਹਨਾਂ ਨੂੰ ਹੋਮੇ 'ਤੇ ਇਹਨਾਂ ਦੇ ਉੱਤੇ ਹੱਥ ਰੱਖਣ ਵਾਲੇ ਜਿਹੜੇ ਜਨਰਲ ਡਾਇਰ ਦੀ ਆਪਾਂ ਕਰਦੇ ਹਾਂ, ਉਹ ਪ੍ਰਕਾਸ਼ ਚੰਦ ਬਾਦਲ ਆ ਜੀ। ਪਰ ਉਹ ਤਾਂ ਦਾਅਵਾ ਕਰ ਰਹੇ ਨੇ ਕਿ ਉਹਨਾਂ ਦੇ ਖਿਲਾਫ ਇੱਕ ਕੂੜ ਪ੍ਰਚਾਰ ਕੀਤਾ ਗਿਆ ਬਹੁਤ ਵੱਡਾ, ਉਹ ਕਹਿੰਦੇ ਨੇ ਕਿ ਇਹੋ ਜਿਹੀ ਕੋਈ ਗੱਲ ਹੋਈ ਨਹੀਂ, ਅਤੇ ਉਹਨਾਂ ਨੂੰ ਬਦਨਾਮ ਕੀਤਾ ਗਿਆ, ਔਰ ਨਾ ਇਹ ਜੋ ਕੀਤਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਪੁਲਿਸ ਵੱਲੋਂ ਕੀਤਾ ਗਿਆ, ਜੋ ਗੁਨਾਹਗਾਰ ਨੇ ਉਹਨਾਂ ਨੂੰ ਫੜ ਲਿਆ ਜਾਵੇ। ਇਸ ਵੇਲੇ ਉਹ ਆਪਣਾ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਹੇ ਨੇ, ਪਿੰਡਾਂ ਦੇ ਵਿੱਚ ਵੀ ਅਸੀਂ ਦੇਖਿਆ ਜਾਏ ਪੰਜਾਬ ਦੇ ਵਿੱਚ ਤਾਂ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਉਹਨਾਂ ਨੂੰ ਕੋਈ ਹੰਗਾਰਾ ਮਿਲ ਰਿਹਾ ਹੋਵੇ। ਤੁਹਾਨੂੰ ਕੀ ਲੱਗਦਾ ਜੀ, ਉਹ ਪ੍ਰਚਾਰ ਆਪਣੀਆਂ ਕੁਰਸੀਆਂ ਲਈ, ਆਪਣੀਆਂ ਜਾਨਾਂ ਬਚਾਉਣ ਲਈ ਕਰ ਰਹੇ ਆ, ਕਰੀ ਜਾਣ ਦੇ ਉਹਨਾਂ ਦਾ, ਆਪਾਂ ਨੂੰ ਉਹਦੇ ਦਾ ਸਿੱਖ ਸੰਗਤ 'ਤੇ ਕੋਈ ਅਸਰ ਨਹੀਂ, ਕਿਉਂਕਿ ਜਿਹੜਾ ਬਾਦਲ ਪਰਿਵਾਰ ਹੈ ਅੱਜ ਉਹਦੀ ਸਥਿਤੀ ਬਹੁਤ ਮਾੜੀ ਹੋ ਚੁੱਕੀ ਹੈ, ਲੋਕ ਸਾਰੇ ਜਾਣੂ ਹੋ ਚੁੱਕੇ ਉਹਨਾਂ ਦੇ ਤੋਂ। ਜੇ ਉਹ ਆਪਣੇ ਆਪ ਨੂੰ ਇੱਕ ਪੰਥ ਰਤਨ ਸਮਝਦਾ ਸੀ,
ਉਹਨੂੰ ਮਾਣ ਬਖਸ਼ਿਆ ਸੀ ਸਿੱਖ ਸੰਗਤ ਨੇ, ਜੇ ਉਹ ਆਪਣੇ ਆਪ ਨੂੰ ਸਮਝਦਾ ਸੀ ਐਡੀ ਵੱਡੀ ਘਟਨਾ ਪੰਜਾਬ ਦੇ ਵਿੱਚ ਹੋ ਗਈ, ਗੁਰੂ ਪਿਤਾ ਚੋਰੀ ਕੀਤੇ ਗਏ ਬੁਰਜ ਜਵਾਹਰ ਸਿੰਘ ਵਾਲਾ ਤੋਂ 1 ਜੂਨ ਨੂੰ, ਉਸ ਤੋਂ ਬਾਅਦ ਧਮਕੀ ਪੱਤਰ ਲਾਏ ਜਾਂਦੇ ਆ ਕਿ ਉਹ ਚੋਰੀ ਤੋਂ ਧਮਕੀ ਵਾਲਾ ਡਿਸਟੈਂਸ ਬਹੁਤ ਵੱਡਾ ਸੀ, ਉਹਦੇ ਵਿੱਚ ਧਮਕੀ ਲੱਗਣ ਤੋਂ ਪਹਿਲਾਂ ਵੀ ਜਿਹੜੇ ਸਰੂਪ ਵਾਪਸ ਲਿਆਉਂਦੇ ਜਾ ਸਕਦੇ ਸੀ ਜੇ ਉਹ ਬੰਦੇ ਨੂੰ ਗੁਰੂ ਦਾ ਦਰਦ ਹੁੰਦਾ। ਇਸ ਲਈ ਬਾਦਲ ਨੂੰ ਗੁਰੂ ਦਾ ਕੋਈ ਦਰਦ ਨਹੀਂ ਆ, ਉਹਨੂੰ ਕੋਈ ਹਮਦਰਦੀ ਨਹੀਂ ਆ, ਉਹਨੇ ਆਪਣੀਆਂ ਨੋਟਾਂ ਵੋਟਾਂ ਲਈ ਜਿਹੜੀ ਕੁਰਸੀ ਬਚਾਉਣ ਲਈ ਜਿਹੜਾ ਕੀਤਾ, ਦੂਸਰਾ ਜਾ ਕੇ ਸਾਧ ਦੇ ਪੈਰਾਂ 'ਚ ਜਾ ਕੇ ਡਿੱਗਿਆ ਵੋਟਾਂ ਲੈਣ ਲਈ, ਸੋ ਉਹਨਾਂ ਦੇ ਜਿਹੜੇ ਗੁਨਾਹਾਂ ਦੀ ਲਿਸਟ ਬਹੁਤ ਵੱਡੀ ਹੋ ਗਈ ਆ। ਜੀ 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 ਸੁਖਰਾਜ ਜੀ, ਬਿਲਕੁਲ ਗੁਨਾਹਾਂ ਦੀ ਲਿਸਟ ਜਿਹੜੀ ਆ ਬਹੁਤ ਵੱਡੀ ਹੋ ਗਈ, ਲੇਕਿਨ ਜੇ ਕਾਂਗਰਸ ਪਾਰਟੀ ਇਹ ਜੇ ਦੋਸ਼ੀ ਨੇ ਬਾਈਬਲ ਕਲਾਂ ਗੋਲੀਕਾਂਡ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਨੇ, ਗੁਨਾਹਗਾਰ ਨੇ, ਉਹਨਾਂ ਨੂੰ ਅਗਰ ਸਜ਼ਾਵਾਂ ਮਿਲ ਜਾਂਦੀਆਂ ਨੇ ਤਾਂ ਤੁਹਾਨੂੰ ਲੱਗਦਾ ਕਾਂਗਰਸ ਪਾਰਟੀ ਦੇ ਮੱਥੇ ਤੋਂ ਉਹ ਦਾਗ ਫਿੱਕਾ ਤੇ ਪੈ ਜੂ 84 ਦਾ? ਲੇਕਿਨ ਹੈ ਨਾ ਜੀ, ਲੈ ਦੇਖੋ ਗੁਰੂ ਪਿਤਾ ਨਾਲ ਬੇਅਦਬੀ ਉਸ ਟਾਈਮ ਤੇ 84 ਦੇ ਵਿੱਚ ਅਕਾਲ ਤਖ਼ਤ ਢਾਇਆ ਗਿਆ ਫੌਜਾਂ ਵੱਲੋਂ, ਢਾਇਆ ਗਿਆ ਢਵਾਉਣ ਵਾਲੇ ਹਾਈ ਕਮਾਂਡ ਕਾਂਗਰਸ ਦੀ ਸੀ, ਸੋ ਉਹ ਧੱਬਾ ਉਹਨਾਂ 'ਤੇ ਰਹੂਗਾ, ਪਰ ਫਿੱਕਾ ਪੈ ਜੂ ਕਿਉਂਕਿ ਉਹਨਾਂ ਨੇ ਪੰਥ ਦੇ ਲਈ ਕੁਛ ਨਾ ਕੁਛ ਚੰਗਾ ਜੋ ਕਰ ਜਾਣਗੇ, ਗੁਰੂ ਦੀ ਬੇਅਦਬੀ 'ਤੇ ਦੋਸ਼ੀ ਸਾਰੇ ਜਿਹੜੇ ਫੜ ਕੇ ਜੇਲ੍ਹਾਂ 'ਚ ਧੱਕ ਕੇ ਉਹਨਾਂ ਨੂੰ ਜਨਤਕ ਕਰਨਗੇ, ਕਿਉਂਕਿ ਸਾਨੂੰ ਵੀ ਪਤਾ ਲੱਗੇ ਵੀ ਆਹ ਬੰਦੇ ਨੇ ਬੇਅਦਬੀ ਕੀਤੀ ਆ, ਇਹ ਆਹ ਆਈਡੈਂਟੀ ਇਹਦੀ, ਇਹ ਨਹੀਂ ਹੈ ਵੀ ਉਹਨਾਂ ਨੂੰ ਫੜ ਕੇ ਅਤੇ ਰੁਮਾਲ 'ਤੇ ਮੂੰਹ 'ਤੇ ਰੁਮਾਲ ਬੰਨ੍ਹ ਕੇ ਫੋਟੋ ਲਾਈ ਜਾਵੇ ਅਤੇ ਨਾ ਪਤਾ ਗੁਪਤ ਰੱਖਿਆ ਜਾਵੇ, ਉਹ ਤਾਂ ਫਿਰ ਉਹ ਕੋਈ ਧੱਬੇ ਵਾਲੀ ਗੱਲ ਲੈਂਦੀ ਨਹੀਂ, ਕਿਉਂਕਿ ਉਹਨਾਂ ਦੀਆਂ ਅਗਲੀਆਂ ਕੁੱਲਾਂ ਨੂੰ ਪੁਸ਼ਤਾਂ ਨੂੰ ਪਤਾ ਲੱਗੇ ਵੀ ਸਾਡਾ ਪਿਓ ਬਦਨਾਮ ਇਹ ਕਰਕੇ ਹੋਇਆ ਅਤੇ ਜੇਲ੍ਹ ਇਹ ਕਰਕੇ ਗਿਆ ਸੀ। ਸੁਖਰਾਜ ਜੀ ਬਿਲਕੁਲ ਤੁਸੀਂ, ਬੇਨਕਾਬ ਉਹ ਲੋਕ ਹੋਣੇ ਚਾਹੀਦੇ ਨੇ, ਬੇਨਕਾਬ ਉਹ ਚਿਹਰੇ ਹੋਣੇ ਚਾਹੀਦੇ ਨੇ ਜਿਨ੍ਹਾਂ ਚਿਹਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੁਛ ਐਸਾ ਹਿਮਾਕਤ ਕਰਨ ਦੀ ਕੋਸ਼ਿਸ਼ ਕੀਤੀ ਜਿਹਨੂੰ ਸੋਚਣਾ ਵੀ ਇੱਕ ਪਾਪ ਹੋ ਜਾਂਦਾ, ਔਰ ਉਹਨਾਂ ਕੋਲੋਂ ਤਾਂ ਹੋ ਗਿਆ ਗੁਨਾਹ, ਔਰ ਇਹ ਗੁਨਾਹ ਦੀ ਹੈ ਸਿਰਫ ਸਜ਼ਾ, ਮੁਆਫ਼ੀ ਕਦੀ ਨਹੀਂ ਹੋ ਸਕਦੀ। ਆਖਰੀ ਦੇ ਵਿੱਚ ਆਪ ਜੀ ਦੇ ਕੋਲੋਂ ਇਹ ਸਵਾਲ ਜ਼ਰੂਰ ਫਿਰ ਬਾਰ ਬਾਰ ਆ ਰਿਹਾ ਹੈ ਕਿ ਸਵਾਲ ਮਾਮਲਾ ਗੁਰੂ ਗ੍ਰੰਥ ਸਾਹਿਬ ਜੀ ਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਵਿਸ਼ਵ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਜਿੰਨੀ ਵੀ ਸੰਗਤ ਹੈ ਗੁਰ ਅਵਤਾਰ ਮੰਨਦੀ, ਬਿਲਕੁਲ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਆ, ਜੀਵਤ ਗੁਰੂ ਮੰਨਦੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ SGPC ਵਾਲੇ ਕਹਿ ਲਈਏ ਜਾਂ ਕੁਝ ਹੋਰ ਗੱਲਾਂ ਦੀ ਪ੍ਰਚਾਰਕਾਂ ਦੀ ਗੱਲ ਕਰ ਲਈਏ, ਤਾਂ ਉਹਨਾਂ ਨੂੰ ਤਾਂ ਇਸ ਗੱਲ ਦਾ ਤਾਂ ਅੰਦਾਜ਼ਾ ਹੈਗਾ ਸੀ ਕਿ ਅੱਜ ਤਰੀਕ ਹੈ, ਗੁਨਾਹਗਾਰ ਕੋਰਟ 'ਚ ਆਉਣਗੇ, ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਨਗੇ, ਪਰ ਉਹਨਾਂ ਨੂੰ ਬਚਣ ਦਾ ਪੂਰਾ ਪੂਰਾ ਮੈਂ ਕਹਾਂ ਤਾਂ ਬਾਕੀ ਪਾਰਟੀਆਂ ਵੱਲੋਂ ਤਾਂ ਰਾਹ ਦਿੱਤਾ ਗਿਆ ਵੀ ਬਚ ਜਾਓ, ਕੋਈ ਟੈਨਸ਼ਨ ਨਹੀਂ, ਇਹ ਉਹਨਾਂ ਨੇ ਕਿਹਦੇ ਇਸ਼ਾਰੇ 'ਤੇ ਕੀਤਾ ਜੀ? ਜੇ ਉਹ, ਮੈਂ ਦੂਸਰੀ ਗੱਲ ਕਹਾਂ, ਜੇ ਉਹ ਇੰਨਾ ਹੀ ਦਰਦ ਸਮਝਦੇ ਆ, ਆਪਾਂ ਕਹਿੰਦੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜਿਹੜੀਆਂ ਜਾਂ ਜਿਹੜੀਆਂ ਜਥੇਬੰਦੀਆਂ ਹਨ ਦਰਦ ਸਮਝਣ ਵਾਲੇ ਆ, ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਅੱਜ ਵਾਹਿਗੁਰੂ ਨੇ ਇੱਕ ਮਤਲਬ ਕੋਈ ਇੱਦਾਂ ਦਾ ਸਬੱਬ ਬਣ ਗਿਆ, ਵਕੀਲਾਂ ਦੀ ਜਿਹੜੀ ਹੜਤਾਲ ਹੋ ਗਈ ਉਹਦੇ ਕਾਰਨ ਤਰੀਕ 1 ਫਰਵਰੀ ਪੈ ਗਈ ਆ, ਅਤੇ ਮੈਂ ਹੁਣ ਤੁਹਾਡੇ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਦਰਸ਼ਕਾਂ ਨੂੰ ਬੇਨਤੀ ਕਰਦਾ, ਉਹਨਾਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ 1 ਫਰਵਰੀ ਨੂੰ ਉੱਥੇ ਜ਼ਰੂਰ ਦਰਸ਼ਨ ਦਿਓ, ਤਾਂ ਜੋ ਜਿਹੜੀ ਸਿੱਟ ਵੀ ਉੱਥੇ ਪਹੁੰਚਦੀ ਆ ਉਹ ਵੀ ਆਪਣੇ ਸਬੂਤ ਲੈ ਕੇ ਪਹੁੰਚਦੇ ਆ, ਉਹਨਾਂ ਦੇ ਮਨ 'ਚ ਹੌਂਸਲਾ ਵਧੇ ਉਹਨਾਂ ਦਾ ਵੀ ਲੋਕ ਸਾਡੇ ਸਿੱਖ ਸੰਗਤ ਸਾਡੇ ਨਾਲ ਆ, ਅਸੀਂ ਸਹੀ ਕਾਰਵਾਈ ਵੱਲ ਜਾ ਰਹੇ ਹਾਂ, ਤਾਂ ਉਹ ਵੀ ਆਪਣੇ ਵੱਧ ਤੋਂ ਵੱਧ ਸਬੂਤ ਇਕੱਠੇ ਕਰਨ, ਤੁਹਾਡੇ ਕੋਲ ਵੀ ਜੇ ਕੋਈ ਹੈ ਕਿਸੇ ਕੋਲ ਵੀਡੀਓ ਕੋਈ ਸਬੂਤ ਉਹਨਾਂ ਦਾ ਉਹਨਾਂ ਨੂੰ ਦਿਓ, ਤਾਂ ਉਹਨਾਂ ਨੂੰ ਉੱਥੇ ਜਾ ਕੇ ਹੌਂਸਲਾ ਵਧਾਈ ਕਰੋ, ਅਤੇ ਉਹਨਾਂ ਨੂੰ ਜਿਹੜੀ ਫੜਨ ਦੀ ਉਹਨਾਂ ਦੀ ਸ਼ਕਤੀ ਜਿਹੜੀ ਹੋਰ ਵਧੇ, ਉਹਨਾਂ ਨੂੰ ਕੰਮ ਕਰਨ ਦੀ ਜਿਹੜੀ ਰੁਚੀ ਆ ਹੋਰ ਵਧੇ, ਹਾਲਾਂਕਿ ਜਿਹੜੇ ਔਫਿਸਰ ਆਪਣਾ ਮਨ ਤਨ ਮਨ ਨਾਲ ਆਪਣਾ ਜਿਹੜਾ ਇਮਾਨਦਾਰੀ ਨਾਲ ਕੰਮ ਕਰੀ ਜਾਂਦੇ ਆ, ਸੋ ਉਹਨਾਂ ਨੂੰ ਮੈਂ ਹੋਰ ਹੌਂਸਲੇ ਲਈ ਆਪਣੀ ਸਿੱਖ ਸੰਗਤ ਜਥੇਬੰਦੀਆਂ ਦੇ ਨੁਮਾਇੰਦੇ ਵੀਰਾਂ ਨੂੰ ਬੇਨਤੀ ਕਰਦਾ ਕਿ ਉਹ 1 ਫਰਵਰੀ ਨੂੰ ਜ਼ਰੂਰ ਫਰੀਦਕੋਟ ਪਹੁੰਚਣ, ਅਦਾਲਤ ਦੀ ਕਾਰਵਾਈ ਸਾਨੂੰ ਪਤਾ ਨਹੀਂ ਕੀ ਹੋਣੀ ਆ, ਕੀ ਹੋਣਾ, ਕੀ ਡੇਟ ਹੋਣੀ ਆ, ਕੀ ਬਹਿਸ ਹੋਣੀ ਆ ਉਹਦਾ ਨਹੀਂ ਪਤਾ, ਪਰ ਇੱਕ ਆਪਣਾ ਦਰਦ ਸਮਝ ਕੇ ਉੱਥੇ ਜ਼ਰੂਰ ਪਹੁੰਚਣ। ਜੀ ਬਿਲਕੁਲ ਬਿਲਕੁਲ, ਆਪ ਜੀ ਵੱਲੋਂ, ਭਾਈ ਸੁਖਰਾਜ ਜੀ ਵੱਲੋਂ ਇੱਕ ਅਪੀਲ ਹੈ ਪੂਰੇ ਪੰਥ ਨੂੰ, ਪੰਥ ਦਰਦੀਆਂ ਨੂੰ, ਜਿੰਨੀ ਵੀ ਨਾਨਕ ਨਾਮ ਲੇਵਾ ਸੰਗਤ ਹੈ ਉਹਨਾਂ ਸਾਰਿਆਂ ਨੂੰ ਇੱਕ ਅਪੀਲ ਹੈ ਭਾਈ ਸੁਖਰਾਜ ਸਿੰਘ ਵੱਲੋਂ ਕਿ 1 ਫਰਵਰੀ ਜੋ ਤਰੀਕ ਜਿਹੜੀ ਹੈ ਅਦਾਲਤ ਵੱਲੋਂ ਦੇ ਦਿੱਤੀ ਗਈ ਹੈ, ਉਸ ਦਿਨ ਉਹ ਗੁਨਾਹਗਾਰ ਜਿਹੜੇ ਕਾਨੂੰਨ ਦੀ ਨਜ਼ਰ 'ਚ ਗੁਨਾਹਗਾਰ ਨੇ, ਜਿਹੜੇ ਕੌਮ ਦੀ ਨਜ਼ਰ 'ਚ ਗੁਨਾਹਗਾਰ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਜ਼ਰ ਦੇ ਵਿੱਚ ਵੀ ਗੁਨਾਹਗਾਰ ਨੇ, ਔਰ ਕੌਮ 'ਤੇ ਉਹਨਾਂ ਨੂੰ ਪਾਪੀ ਕਹੇਗੀ, ਗੁਨਾਹਗਾਰ ਤਾਂ ਬਹੁਤ ਛੋਟਾ ਰਹਿ ਜਾਂਦਾ, ਜਿਹੜੇ ਐਸੇ ਪਾਪੀ ਲੋਕ ਨੇ ਉਹਨਾਂ ਦੇ ਖਿਲਾਫ਼ ਕਾਰਵਾਈ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਵਿੱਚ ਆਪਣਾ ਪਿਆਰ ਪ੍ਰਗਟਾਉਣ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਆਪ ਜੀ ਦੇ ਕੋਲ ਫਿਰ ਇੱਕ ਮੌਕਾ ਹੈ, 1 ਫਰਵਰੀ ਹੈ, ਤਾਂ ਭਾਈ ਸੁਖਰਾਜ ਸਿੰਘ ਜੀ ਦਾ ਕਹਿਣਾ ਹੈਗਾ ਕਿ ਉਦਣ ਫਿਰ ਪਤਾ ਚੱਲੇਗਾ ਕਿ SGPC ਆਉਂਦੀ ਹੈ ਕਿ ਜਾਂ ਨਹੀਂ ਆਉਂਦੀ।
वह गुनाहगारां दे नाल खलोती है कि गुरु दे नाल खलोती है। ये इम्तिहान है उस दिन एस जी पी सी का भी। और रही गल बाकी पंथ दर्दी पार्टियां दा, जिन्हां लोकां ने इस मामले तो गुरु ग्रंथ साहिब जी की बेअदबी नूं लैके जिन्हां ने दोनों हत्थां दे नाल पंथ नूं कहवां तां लुट्टिया भी है, अंधकार च भी रख्या, उन्हां वास्ते भी एक मौका है कि वह भी आण के 1 फरवरी नूं जो फरीदकोट की अदालत है उत्थे आण के इस चीज़ नूं साबित करन के गुरु ग्रंथ साहिब उन्हां वास्ते सब तो उपर है और उन्हां दोषियों नूं सजावां दिवाउण दे लई किसी भी हद तक जा सकते हैं। उहदे वास्ते 1 फरवरी फिर इम्तिहान का दिन है कौम दे लई। तो भाई सुखराज सिंह जी, आप दी अपील असी कौम तक पहुँचा दिती है, उम्मीद है कौम इहनूं अक्सैप्ट करेगी। सो इस दे नाल ही आप सब दे कोलों लैने इजाजत। वाहिगुरू जी का खालसा, वाहिगुरू जी की फतेह।